ਅਸਲਾਮੁਅਲੈਕਮ ਸਿਆਸੀ ਦੇ ਰਾਤੇ ਖੁਸ਼ ਆਮਦੇਦ ਹਜ਼ੂਰ ਸਦੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਈ ਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਹਾਂ ਯਕੀਨ ਕਰੋ ਕਿ بڑے بڑے ਰੌਲੇ ਨੇ بڑے بڑے ਇਨਕਸ਼ਫਾਤ ਵੀ ਆ ਰਹੇ ਨੇ ਤੇ ਬੜੀਆਂ ਬੜੀਆਂ ਰਿਪੋਰਟਾਂ ਵੀ ਆ ਰਹੀਆਂ ਨੇ ਤੇ ਕੋਈ ਸਮਝ ਨਹੀਂ ਆ ਰਹੀ ਕਿ ਮੰਜੀ ਕਿੱਥੇ ਡਾਣੀ ਐ ਸਾ ਤੁਸੀਂ ਸਾਨੂੰ ਦੱਸੋ ਕਿ ਅਸੀਂ ਮੰਜੀ ਕਿੱਥੇ ਡਾਈਏ ਕਿਉਂਕਿ ਖਬਰਾਂ ਬਹੁਤ ਜ਼ਿਆਦਾ ਨੇ ਕਿ ਅਕਤੂਬਰ ਦੇ ਵਿੱਚ ਬੜੇ ਬੜੇ ਰੰਦੇ ਜਿਹੜੇ ਨੇ ਇਹ ਫਿਰਨੇ ਨੇ ਅਸੀਂ ਤੁਹਾਨੂੰ ਦੱਸ ਚੁੱਕੇ ਕਿ ਅਫਗਾਨੀਆਂ ਦੇ ਖਿਲਾਫ ਆਪਰੇਸ਼ਨ ਸ਼ੁਰੂ ਆ ਹੈਲਪਲਾਈਨ ਜਿਹੜੀ ਇਹ ਉਹ ਬਣਾਈ ਜਾ ਰਹੀ ਹੈ ਔਰ ਇਨਾਮਾਤ ਦਾ ਐਲਾਨ ਕੀਤਾ ਜਾ ਰਿਹਾ 28 ਦਿਨ ਦਾ ਵਕਤ ਦੇ ਦਿੱਤੇ ਅਫਗਾਨੀਆਂ ਨੂੰ ਕਿ ਮੁਲਕ ਛੱਡ ਦਿਓ ਔਰ ਉਹਨਾਂ ਦੇ ਕਾਰੋਬਾਰ ਵੀ ਜ਼ਬਤ ਕਰ ਲਏ ਜਾਣਗੇ ਪ੍ਰਾਪਰਟੀਆਂ ਵੀ ਮਾਲ ਮਵੇਸ਼ੀ ਵੀ ਗੱਡੀਆਂ ਵੀ ਰਕਸ਼ੇ ਵੀ ਸਾਰਾ ਕੁਝ ਜਿਹੜਾ ਉਹ ਤੰਦੂਰ ਵੀ ਹਰਸ਼ਾ ਜਿਹੜੀ ਉਹ ਖੋਖਾ ਲਈ ਜਾਏਗੀ ਔਰ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਇੱਕ ਸਾਈਂ ਤੁਹਾਡੇ ਮੁਲਕ 'ਚ ਬੜੇ ਅੱਛੇ ਹਾਲਾਤ ਨੇ ਜਾ ਉੱਥੇ ਇੱਥੇ ਤੁਹਾਡਾ ਕੋਈ ਤੁੱਕ ਬਣਦਾ ਨਹੀਂ ਬਸ ਸਾਡਾ ਹੀ ਖਾਂਦੇ ਹੋ ਤੇ ਸਾਡੇ ਮੁਲਕ ਦੇ ਵਿੱਚ ਧਮਾਕਾ ਕਰਦੇ ਹੋ ਸਾਡੇ ਮੁਲਕ ਦੇ ਵਿੱਚੋਂ ਚੀਜ਼ਾਂ ਲੁੱਟ ਕੇ ਤੇ ਜਾ ਕੇ ਉਹਨਾਂ ਨੂੰ ਦਿੰਦੇ ਹੋ ਜਿਹੜੇ 50-50 ਰੋਟੀ ਇੱਕ ਟਾਈਮ ਦੀ ਖਾਂਦੇ ਨੇ ਤੇ ਆਟਾ ਸਾਡਾ ਮੁੱਕ ਜਾਂਦਾ ਭਾਈ ਜੀ ਤੇ ਅਸੀਂ ਵੀ ਬੜੀ ਕੋਸ਼ਿਸ਼ ਕੀਤੀ ਪੂਰਾ ਮਹੀਨਾ ਸ਼ਾਰ ਅੰਗੇ ਕਿ ਸਰ ਜੀ ਇਹਨਾਂ ਨੂੰ ਕੱਢੋ ਤੇ ਸ਼ੁਕਰ ਹੈ ਉਹਨਾਂ ਨੇ ਗੱਲ ਮੰਨ ਲਈ ਤੇ ਉਹਨਾਂ ਨੇ ਕਿਹਾ ਕੱਢੋ ਵੇ ਜੀ ਮਿੱਠਾ ਜੀ ਨੇ ਕਹਿ ਦਿੱਤਾ ਤੇ ਕੱਢੋ ਫਿਰ ਤੇ ਉਹ ਜਨਾਬ ਰਿਆਸਤ ਨੇ ਕਰ ਲਿਆ ਫੈਸਲਾ ਤੇ ਇਹ ਜਨਾਬ ਅਗਲੇ 28 ਦਿਨਾਂ ਦੇ ਵਿੱਚ ਅਫਗਾਨੀ 15 ਲੱਖ ਦੇ ਕਰੀਬ ਅਫਗਾਨੀ ਐ ਜਿਨ੍ਹਾਂ ਕੋਲ ਕਾਗਜ਼ ਨਹੀਂ ਜਿਨ੍ਹਾਂ ਕੋਲ ਕਾਗਜ਼ ਨਹੀਂ ਉਹ ਤੇ ਪਤਾ ਨਹੀਂ 50 ਲੱਖ ਤੇ ਸ਼ਾਹ ਜੀ ਉਹਨਾਂ ਨੂੰ ਵੀ ਕਢਣਾ ਬਾਅਦ ਵਿੱਚ ਉਹਨਾਂ ਦੇ ਕਾਗਜ਼ ਵੀ ਖੋ ਕੇ ਤੇ ਉਹਨਾਂ ਨੂੰ ਕਢਣਾ ਇੱਕ ਵੀ ਅਫਗਾਨੀ ਮੈਨੂੰ ਪਾਕਿਸਤਾਨ ਵਿੱਚ ਨਹੀਂ ਚਾਹੀਦਾ ਗੱਲ ਜਿਹੜੀ ਸਿੱਧੀ ਹੈ ਭਾਈ ਸਾਡਾ ਮੁਲਕ ਆਪੇ ਠੀਕ ਹੋ ਜਾਏਗਾ ਜਦੋਂ ਇਹ ਅਫਗਾਨੀ ਟੁਰ ਜਾਣਗੇ ਆਪੇ ਠੀਕ ਹੋ ਜਾਏਗਾ ਇਹ ਬੜੀ ਵੱਡੀ ਸਮਝੋ ਕਿ ਇਹ ਇਹ ਨਜ਼ਰਵਟੂ ਨੇ ਸਾਡੇ ਮੁਲਕ ਤੇ ਵਿੱਚ ਠੀਕ ਹੋ ਗਿਆ ਜੀ ਖਬਰਾਂ ਜਿਹੜੀਆਂ ਲੈ ਕੇ ਆਇਆ ਬਹੁਤ ਵੱਡੇ ਤਹਲਕੇ ਨੇ ਇਹਦੇ ਵਿੱਚ ਤੁਹਾਡੇ ਆਸਤੇ ਤੋਂ ਬੜਾ ਬੜਾ ਇਹਦਾ ਸਾਫਤਾ ਆਵੇ ਇਸ ਤੋਂ ਪਹਿਲੇ ਅਸੀਂ ਅੱਗੇ ਟੂਰੀਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਦਾ ਬਟਨ ਦਬਾ ਲਓ ਤੇ ਕਮੈਂਟ ਜਿਹੜਾ ਉਹ ਲਾਜ਼ਮੀ ਕਰਿਆ ਕਰੋ ਹੱਛਾ ਜਾਂ ਬੁਰਾ ਨਿਆਜ਼ੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਪੀਰਨੀ ਫੜੀ ਗਈ ਜੇ ਇਹ ਕੀ ਮਾਮਲਾ ਇਹ ਦੱਸਣੇ ਬੜੀ ਗਹਿਰਾਈ ਦੇ ਵਿੱਚ ਇਹ ਖਬਰ ਮੈਂ ਤੁਹਾਨੂੰ ਦੇ ਲਗਾ ਗਹਿਰਾਈ ਇਹਦੇ ਵਿੱਚ ਤੁਸੀਂ ਗਹਿਰਾਈ ਦੇ ਵਿੱਚ ਜਾਣਾ ਬਾਜਵਾ ਦਾ ਨਵਾਜ਼ ਸ਼ਰੀਫ ਨੂੰ ਪੇਗਾਮ ਖਰਾਫਾਤ ਔਰ ਬਕਵਾਸiyat ਆ ਬਾਜਵਾ ਸਾਹਿਬ ਮੈਨੂੰ ਲੱਗਦਾ ਹੈ ਕਿ ਅਜੀਬੋ ਗਰੀਬ ਕਿਸਮ ਦਾ ਚੰਗਾ ਪਲਾ ਜੱਟ ਬੂਠ ਆਦਮੀ ਤੇ ਕੀ ਬਾਜਵਾ ਸਾਹਿਬ ਕੀ ਹੋ ਗਿਆ ਤੁਨ ਕਿਹੜੀ ਮਾਰ ਵਗ ਗਈ ਹੈ ਬਾਜਵਾ ਸਾਹਿਬ ਤਾਨੂ ਰਿਟਾਇਰਮੈਂਟ ਤੋਂ ਹੁਣ ਤੋਂ ਬਾਅਦ ਹਜੇ ਤੱਕ ਜਿਹੜਾ ਤੁਸੀਂ ਉਸੇ ਮੇਸ਼ੇ ਚ ਹੋ ਮੈਂ 30 30 ਵਾਰੀ ਵੀ ਮੈਨੂੰ ਐਕਸਟੈਂਸ਼ਨ ਮੀਆਂ ਨਿਵਾਸੀ ਫਤੇਦ ਅੱਛਾ ਇਹ ਬਾਜਵਾ ਅੱਜਕੱਲ ਕੀ ਬਕਵਾਸiyat ਕਰ ਰਿਹਾ ਇਹ ਵੀ ਅਸੀਂ ਤੁਹਾਨੂੰ ਦੱਸਨੇ ਆ ਅੱਗੇ ਸਰਕਾਰ ਆਜੋ ਦੇਖੋ ਮੁਲਕ ਪਹਿਲੇ ਇਸ ਮੁਲਕ ਚ ਹਜ਼ਾਰਾਂ ਬਾਜਵੇ ਆਣਗੇ ਤੇ ਹਜ਼ਾਰਾਂ ਜਾਣਗੇ ਧਰਤੀ ਮਾਂ ਪਹਿਲੇ ਬਾਜਵਾ ਸਾਹਿਬ ਤੇ ਜਿਹੜਾ ਧਰਤੀ ਦੇ ਖਿਲਾਫ ਹੋਏਗਾ ਅਸੀਂ ਉਹਦੀ ਧੋਤੀ ਜਿਹੜੀ ਹੈ ਨਾ ਉਹ ਲਾ ਕੇ ਧੋ ਕੇ ਤੇ ਸੁਕਣੇ ਪਾ ਦਿੰਨੇ ਆ ਠੀਕ ਹੋ ਗਿਆ ਨਾ ਧਰਤੀ ਮਾਂ ਪਹਿਲੇ ਤੇ ਬਾਜਵਾ ਸਾਹਿਬ ਬਾਅਦ ਵਿੱਚ ਠੀਕ ਹੋ ਗਿਆ ਨਾ ਤੇ ਨਾਲੇ ਹੁਣ ਤੇ ਤੂੰ ਸਾਡੇ ਆਰ ਇੱਕ ਸਵਿਲੀਅਨ ਜਿਵੇਂ ਅਸੀਂ ਸਵਿਲੀਅਨ ਆਏ ਮੈਂ ਤੂੰ ਵੀ ਸਵਿਲੀਅਨ ਤੇ ਹੁਣ ਤੇ ਸਾਡੇ ਕੋਲੋਂ ਠਾਪਾਂ ਤੇ ਤੈਨੂੰ ਲੱਗਣੀਆਂ ਹੀ ਲੱਗਣੀਆਂ ਨੇ ਨਾ ਠੀਕ ਹੋ ਗਿਆ ਨਾ ਜੀ अच्छा जी अर्शद शरीफ ਦੇ قاتਲ ਬੇਨਕਾਬ ਵੱਡੀ ਰਿਪੋਰਟ ਆ ਗਈ ਜੇ ਫਾਈਨਲ ਰਿਪੋਰਟ ਜਿਹੜੀ ਉਹ ਅਦਾਰਿਆਂ ਦੇ ਕੋਲ ਪਹੁੰਚ ਚੁੱਕੀ ਅੱਛਾ ਜੀ ਪਹਿਲੀ ਵੱਡੀ ਖਬਰ ਤੇ ਆਜੋ ਨਿਆਜ਼ੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਪੀਰਨੀ ਫੜੀ ਗਈ ਤਵੱਜੋ ਮਿੱਠਾ ਜੀ ਪੂਰੀ ਚਾਹੀਦੀ ਯਕੀਨ ਕਰੋ ਇਹ ਪੀਰਨੀ ਜਿਹੜੀ ਹੈ ਇਹ ਬੜੀ ਹੀ ਪਹੁੰਚੀ ਹੋਈ ਔਰ ਅਜੀਬੋ ਗਰੀਬ ਕਿਸਮ ਦੀ ਇਹ ਅਜਬ ਕਹਾਣੀ ਹੈ ਇਹ ਇਹ ਪੀਰਨੀ ਦੀ ਇਹ ਵਾਹ ਬਰੋਲਾ ਵਾਹ ਬਰੋਲਾ ਇਹ ਪਤਾ ਨਹੀਂ ਕੀ ਹੈ ਠੀਕ ਹੋ ਗਿਆ ਨਿਆਜ਼ੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਪੀਰਨੀ ਦੀ ਦਰਹਾਸਤ ਹੁਣ ਪੀਰਨੀ ਹਾਈ ਕੋਰਟ ਦੇ ਵਿੱਚ ਦਰਹਾਸਤ ਦਿੰਦੀ ਹੈ ਕਿ ਨਿਆਜ਼ੀ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ ਮੈਨਿੰਕਿ ਨਿਆਜ਼ੀ ਨੂੰ ਕਿਸੇ ਨੇ ਜ਼ਹਿਰ ਦੇਣਾ ਹੈ ਜੇਲ੍ਹ ਦੇ ਵਿੱਚ ਤੇ ਮਾਮਲਾ ਬੜਾ ਗੜਬੜ ਹੈ ਹੁਣ ਜ਼ਹਿਰ ਕੌਣ ਦੇਣਾ ਚਾਹੁੰਦਾ ਹੈ ਪੀਰ ਆਪਣਾ ਨਿਆਜ਼ੀ ਨੂੰ ਕਿਉਂਕਿ ਜੇਲ੍ਹ ਦੇ ਵਿੱਚ ਤੇ ਇਹ ਰ ਖਾਣਾ ਪਕਦਾ ਹੈ ਉੱਤੇ ਸਿਕਿਉਰਿਟੀ ਹੈ ਏਜੰਸੀਆਂ ਨੇ ਜਦੋਂ ਖਾਣਾ ਪਕਦਾ ਹੈ ਉਹ ਟੈਸਟ ਹੁੰਦਾ ਹੈ ਔਰ ਖਾਨ ਸਾਹਿਬ ਨੂੰ ਜਿਹੜੇ ਮਸ਼ਕਤੀ ਮਿਲੇ ਨੇ ਉਹ ਖਾਣਾ ਜਦੋਂ ਪਕਾਉਂਦੇ ਨੇ ਉਹ ਡਾਕਟਰਾਂ ਦੀ ਟੀਮ ਹੈ ਡਾਕਟਰਾਂ ਦੀ ਟੀਮ ਟੈਸਟ ਕਰਦੀ ਹੈ ਪਹਿਲੇ ਖਾਂਦੀ ਉਹਦਾ ਸਾਰਾ ਸਾਫਤਾਬ ਚੈੱਕ ਕਰਦੀ ਹੈ ਉੱਤੇ ਸਾਰਾ ਰਿਆਸਤ ਦਾ ਮਾਮਲਾ ਹੈ ਉਹ ਰਿਆਸਤ ਕਦੀ ਵੀ ਨਹੀਂ ਨਾ ਖਾਨ ਸਾਹਿਬ ਨੂੰ ਜ਼ਹਿਰ ਦੇਗੀ ਮਦਬ ਜ਼ਿੰਦਾ লাশ ਨੂੰ ਜ਼ਹਿਰ ਦੇਣ ਦਾ ਕਿ ਤੱਕ ਬੰਦਾ ਇਹ ਪੀਰਨੀ ਨੇ ਗੇਮ ਕੀ ਖੇਡੀ ਇਹ ਬੇਨਕਾਬ ਹੁੰਦੀ ਹੈ ਪੀਰਨੀ ਅਮਰੀਕਾ ਵਿੱਚ ਇਹ ਦਰਹਾਸ ਦੇਂਦੀ ਹਾਈ ਕੋਰਟ ਦੇ ਵਿੱਚ ਕਿ ਨਿਆਜ਼ੀ ਨੂੰ ਕੋਈ ਜ਼ਹਿਰ ਦੇਣਾ ਚਾਹੁੰਦਾ ਹੈ ਹੁਣ ਦੱਸਦੀ ਨਹੀਂ ਵੀ ਬਈ ਕੌਣ ਜ਼ਹਿਰ ਦੇਣਾ ਚਾਹੁੰਦਾ ਔਰ ਤੈਨੂੰ ਕਿਵੇਂ ਪਤਾ ਹੈ ਕਿ ਪੀਰ ਨਿਆਜ਼ੀ ਨੂੰ ਜ਼ਹਿਰ ਦਿੱਤਾ ਜਾ ਰਿਹਾ ਜਾਂ ਕੋਈ ਜ਼ਹਿਰ ਦੇਣ ਲੱਗਾ ਜਾਂ ਦੇਣ ਦਾ ਸੋਚ ਰਿਹਾ ਮਤਲਬ ਗੱਲ ਜਿਸ ਜਿਸ ਅਦਾਲਤ ਦੇ ਵਿੱਚ ਦਰਹਾਸ ਦਿੱਤੀ ਉਸ ਜੱਜ ਦਾ ਹੱਕ ਬਣਦਾ ਨਾ ਬਈ ਇਹਨੂੰ ਖਿਲਾਰ ਕੇ ਨੂੰ ਕਹਿ ਬਈ ਨਕਾਬ ਲਾ ਪਹਿਲੇ ਸਿੱਧਾ ਮੂੰਹ ਕਰ ਸਾਡੇ ਨਾਲ ਅੱਖਾਂ ਚ ਅੱਖਾਂ ਪਾ ਕੇ ਦੱਸ ਕੌਣ ਦੇਣਾ ਲੱਗਾ ਜ਼ਹਿਰ ਇਹਦਾ ਰਿਆਸਤ ਇਲਜ਼ਾਮ ਹੈ ਨਾ ਬਈ ਜ਼ਹਿਰ ਦੇਣ ਲੱਗਾ ਏ ਹੁਣ ਜਨਾਬ ਪਤਾ ਇਹ ਲੱਗਦਾ ਇਹ ਉੱਥੇ ਆਦੀ ਅਦਾਲਤ ਵਿੱਚ ਕਿ ਇਹਨੂੰ ਘਰ ਦਾ ਖਾਣਾ ਦੀ ਇਜਾਜ਼ਤ ਦਿੱਤੀ ਜਾਏ ਤੇ ਮੈਂ ਪਕਾ ਕੇ ਆਪਣੇ ਹੱਥਾਂ ਦੇ ਨਾਲ ਇਹਨੂੰ ਖਵਾਉਣਾ ਚਾਹਨੀ ਹੁਣ ਉਹ ਜਿਹੜਾ ਖਾਣਾ ਅੰਦਰ ਪਕਚਿਆ ਉੱਥੇ ਤੇ ਡਾਕਟਰਾਂ ਦੀ ਟੀਮ ਬੈਠੀ ਹੋ ਤੇ ਚੈੱਕ ਕਰਦੇ ਨੇ ਹਰ ਚੀਜ਼ ਇਹਨੇ ਜਿਹੜਾ ਖਾਣਾ ਪਕਾ ਕੇ ਲਿਆਉਣਾ ਉਹ ਕਿੱਥੇ ਚੈੱਕ ਹੋਣਾ ਇਹਨੇ ਤੇ ਆਪਣੇ ਘਰੋਂ ਪਕਾ ਕੇ ਆਉਣਾ ਨਾ ਉੱਥੇ ਕਿਹੜੇ ਮੀਟਰ ਲੱਗੇ ਨੇ ਚੈੱਕ ਕਰਨ ਵਾਲੇ ਇਹ ਉੱਥੇ ਕਿਹੜੀਆਂ ਏਜੰਸੀਆਂ ਬੈਠੀਆਂ ਨੇ ਡਾਕਟਰ ਬੈਠੇ ਨੇ ਚੈੱਕ ਕਰਨ ਨਾਲ ਮੈਂ ਪੀਰਨੀ ਵਿੱਚ ਕੀ ਪੀ ਪਾਉਂਦੀ ਦੋ ਕਤਰਾ ਹੀ ਪਾਣੇ ਨੇ ਨਾ ਕਿਸੇ ਸ਼ਾਇਦ ਇਹ ਹੁਣ ਸ਼ਬਾਜ਼ ਗਿੱਲ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਹੈ ਨੱਸਿਆ ਪਾਕਿਸਤਾਨ ਤੋਂ ਇਹ ਖਬਰ ਫੋੜਦਾ ਅਮਰੀਕਾ ਤੋਂ ਕੱਲ ਇਹਨੇ ਤਰਹਾਸ ਦਿੱਤੀ ਹੈ ਤੇ ਅੱਜ ਉਹ ਖਬਰ ਫੋੜਦਾ ਹੈ ਕਿ ਪੀਰਨੀ ਜਿਹੜੀ ਹੈ ਇਹ ਨਿਆਜ਼ੀ ਨੂੰ ਮਾਰਨਾ ਚਾਹਦੀ ਹੈ ਅਸੀਂ ਇਹ ਖਬਰ ਜਦੋਂ ਸਾਡੇ ਸਾਹਮਣੇ ਆਏ ਸੀ ਸਾਡਾ ਵੀ ਤਜਰੀਹਾ ਇਹਦੇ ਨਾਲ ਮਿਲਦਾ ਜੁਲਦਾ ਸੀ ਕਿ ਨਿਆਜ਼ੀ ਦੀ ਮੌਤ ਪੀਰਨੀ ਦੀ ਹਯਾਤ ਹੈ ਉਹਦੇ ਕਈ ਤਰੀਕੇ ਨੇ ਨਿਆਜ਼ੀ ਅਗਰ ਉਧਾਂ ਚੜ ਜਾਂਦਾ ਉਹਦੀ ਸਾਰੀ ਜਾਇਦਾਦ ਉਹਦੇ ਹਸਪਤਾਲ ਉਹਦੀ ਜ਼ਮੀਨਾਂ ਉਹਦਾ ਬੈਂਕ ਬੈਲੈਂਸ ਉਹਦੇ ਬਨਿੰਗਾਰਲਾ ਉਹਦੇ ਜ਼ਮਾਨਪਾਰਕ ਉਹਦਾ ਦੁਬਈ ਚ ਬੈਂਕ ਅਮਰੀਕਾ ਚ ਬੈਂਕ ਜਿੱਥੇ-ਜਿੱਥੇ ਉਹਦਾ ਪੈਸਾ ਸਾਰਾ ਪੀਰਨੀ ਲੈ ਕੇ ਆਉਂਦੀ ਜਾਂਦੀ ਹੈ ਮਤਲਬ ਨਿਆਜ਼ੀ ਦੀ ਮੌਤ ਪੀਰਨੀ ਦੀ ਹਯਾਤ ਬਣ ਗਈ ਇਹ ਸ਼ਵਾਜ਼ ਗਿੱਲ ਜਿਹੜਾ ਇਹ ਪਿਕ ਕਰਦਾ ਇਹਦੇ ਕੋਲ ਕੋਈ ਇਨਫੋਰਮੇਸ਼ਨ ਅੰਦਰੋਂ ਪੀਰਨੀ ਦੇ ਅੱਗੇ ਪਿੱਛੋਂ ਕਿਧਰੋਂ ਆਈ ਹੋਏਗੀ ਜ਼ਹਿਰੀ ਗਾਲਿਓ ਹਿੱਸਾ ਰਿਹਾ ਹੈ ਸਾਰੇ ਗੈਂਗ ਦਾ ਉਹਨੇ ਫਿਰ ਉੱਥੋਂ ਖਬਰ ਫੋੜੀ ਹੈ ਕਿ ਅਦਾਲਤ ਵਾਲਿਓ ਇਹ ਘਰ ਦਾ ਖਾਣਾ ਨਾ ਇਹਨੂੰ ਦੇਣ ਦੇ ਆਜੇ ਇਹ ਪੀਰਨੀ ਜਿਹੜੀ ਹੈ ਇਹ ਮਾਰਨਾ ਚਾਹਦੀ ਨਿਆਜ਼ੀ ਨੂੰ ਔਰੇ ਦੇ ਚੋਂ ਆਪਣੇ ਫਾਇਦੇ ਕਢਣਾ ਚਾਹਦੀ ਜ਼ਹਿਰੀ ਗਾਲਿਓ ਜਿਨਨੇ ਵੀ ਮੁਕਤਮਾਤ ਪੀਰਨੀ ਤੇ ਨੇ ਉਹ ਨਿਆਜ਼ੀ ਔਰ ਪੀਰਨੀ ਤੇ مشترਕਾ ਮੁਕਤਮਾਤ ਨੇ ਨਾ ਧਿਆਤਵੋ ਚਾਹੀਦੀ ਸ਼ਿਵਾਜ਼ ਗੱਲ ਕਰ ਰਿਹਾ ਅਸੀਂ ਤੇ ਚਲੋ ਇਹ ਖਬਰਾਂ ਤੁਹਾਨੂੰ ਦਿੰਦੇ ਰਹਿੰਦੇ ਆ ਉਹ ਕਹਿ ਰਿਹਾ ਬਈ مشترਕਾ ਮੁਕਦਮਾਤ ਨੇ ਅਗਰ ਇੱਕ ਵਿੱਚੋਂ ਜਿਹੜਾ ਅ ਅ ਮੁਲਜ਼ਮ ਹੈ ਜਾਂ ਮੁਜਰਮ ਹੈ ਉਹ ਦੁਨੀਆ ਛੱਡ ਜਾਂਦਾ ਤੇ ਇਹ ਤੇ ਆਪੇ ਹੀ ਬਰੀ ਹੋ ਗਈ ਬਈ ਜਿਹੜਾ ਨਾਲ ਦਾ ਮੁਜਰਮ ਹੈ ਉਹ ਚਲਾ ਜਾਂਦਾ ਦੁਨੀਆ ਛੱਡ ਕੇ ਤੇ ਇਹ ਤੇ ਬਰੀ ਹੋ ਗਈ ਨਾ ਆਪੇ ਹੀ ਤੇ ਨਾਲੇ ਉਹਦੀ ਸਾਰੀ ਜਾਇਦਾਦ ਇਹ ਹੜੱਪ ਕਰ ਗਈ ਤੇ ਸ਼ਿਵਾਜ਼ ਗਿੱਲ ਜਿਹੜਾ ਉਹ ਉੱਥੇ ਬਹਿ ਕੇ ਅਦਾਲਤ ਜਿਹੜੀ ਹਾਈ ਕੋਰਟ ਲਾਹੌਰ ਦੀ ਉਹਨੂੰ ਕਹਿ ਰਿਹਾ ਜੀ ਇਹ ਦਰਹਾਸਤ ਨਾ ਲਾਇਆ ਜੀ ਔਰ ਇਹਨੂੰ ਇਜਾਜ਼ਤ ਨਾ ਦੇ ਆਜੇ ਘਰ ਦਾ ਖਾਣਾ ਦੇਣ ਦੀ ਇਹਨੇ ਗੇਮ ਪਲਾਨ ਕੀਤਾ ਜੇ ਉਹਨੂੰ ਉਡਾਨ ਦਾ ਤੇ ਜ਼ੈਰੀ ਗਾਲੇ ਹੁਣ ਅੱਗੋਂ ਸਾਡਾ ਜਿਹੜਾ ਤਜਰੀਆ ਇਹ ਵੇ ਕਿ ਇਹ ਮਾਈ ਚਲੋ ਸ਼ਬਾਜ਼ ਗਿੱਲ ਨੇ ਤੇ ਬੇਨਕਾਬ ਕਰ ਦਿੱਤਾ ਆਹ ਰਹੀ ਨਜ਼ਰ ਆ ਰਹੀ ਹੈ ਕਿ ਇਹ ਨਿਆਜ਼ੀ ਨੂੰ ਜ਼ਹਿਰ ਦੇ ਕੇ ਤੇ ਇਲਜ਼ਾਮ ਕਿਦਿਤ ਲਾਣਾ ਚਾਹਦੀ ਹੈ ਜ਼ੈਰੀ ਗਾਲੇ ਰਿਆਸਤੇ ਪਾਕਿਸਤਾਨ ਤੇ ਔਰ ਮੇਰੇ ਤੇ ਤੁਹਾਡੇ ਤੇ ਤਨੀ ਨਾ ਲਾਣਾ ਚਾਹਤੇ ਅਗਰ ਜਿਹੜਾ ਨੇ ਪਲਾਨ ਕੀਤਾ ਹੈ ਪਲਾਨ ਕਾਮਯਾਬ ਹੋ ਜਾਂਦਾ ਹੈ ਉਹ ਜ਼ਹਿਰ ਖਵਾਈ ਜਾਂਦੀ ਹੈ ਮਹੀਨੇ ਦੋ ਬਾਅਦ ਨਿਆਜ਼ੀ ਸਾਹਿਬ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਔਰ ਉਹਨਾਂ ਨੂੰ ਉਹ ਸਾਰਾ ਸਾਕਤਾਬ ਨਜ਼ਰ ਆ ਜਾਂਦਾ ਤੇ ਉਹਦਾ ਇਲਜ਼ਾਮ ਕਿਤੇ ਤੇ ਲੱਗਣਾ ਹੈ ਰਿਆਸਤ ਪਾਕਿਸਤਾਨ ਤੇ ਸ਼ਿਵਾਜ਼ ਗੇਲ ਇਹ ਨਹੀਂ ਦੱਸਦਾ ਪਿਆ ਬਈ ਇਹਦਾ ਇਲਜ਼ਾਮ ਉਹ ਰਿਆਸਤ ਤੇ ਲਾਣਾ ਚਾਹਦੀ ਹੈ ਇਹ ਤੇ ਅਸੀਂ ਦੱਸ ਰਹੇ ਹਾਂ ਨਾ ਬਈ ਅਗਰ ਉਹਨੂੰ ਕੱਲ ਨੂੰ ਕੁਝ ਹੁੰਦਾ ਹੈ ਜੋ ਇਹਨੇ ਪਲਾਨ ਕੀਤਾ ਜੋ ਸ਼ਿਵਾਜ਼ ਗੇਲ ਨੇ ਬੇਨਕਾਬ ਕੀਤਾ ਤੇ ਇਲਜ਼ਾਮ ਤੇ ਰਿਆਸਤ ਪਾਕਿਸਤਾਨ ਤੇ ਲੱਗਣਾ ਹੈ ਫੌਜ ਤੇ ਲੱਗਣਾ ਹੈ ਅਦਾਰਿਆਂ ਤੇ ਲੱਗਣਾ ਹੈ ਤੇ ਬਦਨਾਮੀ ਮੁਲਕ ਦੀ ਹੋਣੀ ਤੇ ਇਹ ਪੀਰਨੀ ਜਿਹੜੀ ਆ ਇਹ ਇਹਨੂੰ ਸ਼ਬਾਜ਼ ਗਿੱਲ ਨੇ ਫੜ ਲਿਆ ਤੁਸੀਂ ਅੱਗੋਂ ਆਪ ਅੰਦਾਜ਼ਾ ਲਾ ਲਓ ਬੰਮਾ ਪੁੱਤਰ ਹੀ ਆਪਸ ਵਿੱਚ ਲੜ ਪੈਣ ਅੱਗੇ ਆਜੋ ਜੀ ਬਾਜਵਾ ਦਾ ਨਿਵਾਸੀ ਨੂੰ ਪੇਗਾਮ ਖਰਾਫਾਤ ਔਰ ਬਕਵਾਸੀਅਤ ਇਹ ਉਹਨਾਂ ਜਨਰਲ ਬਾਜਵਾ ਸਾਹਿਬ ਬੜੇ ਨੇ ਸਾਡੇ ਪਿਆਰੇ ਜਨਰਲ ਤਾਂ ਖੈਰ ਨਹੀਂ ਉਹਨਾਂ ਨੂੰ ਕਹਾਂਗੇ ਬਾਜਵਾ ਆਪਣਾ ਹਾ ਇਹ ਦੱਕੀ ਨਾਂ ਸੀ ਹੋਂ ਤਾਂ ਸਨਾਮੀ ਯਕੀਨ ਕਰੋਗੇ ਪੁੱਲ ਗਿਆ ਬਾਜਵਾ ਹੀ ਰੱਖੋ ਫਿਰ ਜੋ ਵੀ ਆ ਇਹ ਜਨਾਬ ਨਵਾਜ਼ ਸ਼ਰੀਫ ਨੂੰ ਪੈਗਾਮ ਪਹੁੰਚਾਉਂਦਾ ਆਪਣੇ ਕਿਸੇ ਯਾਰ ਸੱਜਣ ਜਿਹੜਾ ਉਹਦਾ ਸਹਾਫੀ ਹੈ ਤੇ ਅਜੀਬੋ ਗਰੀਬ ਕਿਸਮ ਦੀਆਂ ਗੱਲਾਂ ਕਰਦਾ ਉੱਥੇ ਪਤਾ ਨਹੀਂ ਪਾਗਲ ਹੋ ਗਿਆ ਕਮਰ ਜਵੇਦ ਕਮਰ ਜਵੇਦ ਬਾਜਵਾ ਕਮਰ ਜਵੇਦ ਬਾਜਵਾ ਜੱਟ ਭਰਾ ਹੈ ਤੇ ਹੁਣ ਕੀ ਕਰੀਏ ਪਾਕਿਸਤਾਨ ਦਾ ਮਾਮਲਾ ਜੱਟ ਸਾਹਿਬ ਔਰ ਪਾਕਿਸਤਾਨ ਪਹਿਲੇ ਤੁਸੀਂ ਐਸ ਬਲੂਗ ਦੇ ਨਾਲ ਜਿੰਨੀ ਕੋਈ ਜ਼ਿਆਤੀਆਂ ਕੀਤੀਆਂ ਨੇ ਪਰ ਦੋ ਆਪਣਾ ਦੋ ਟਨੇ ਹੋਰ ਤੋਂ ਕੀਤੇ ਤਰੇ ਤਰੇ ਸਾਲ ਦੇ ਤੇ ਤੀਜਾ ਵੀ ਲੈਂਦਾ ਸੀ ਪੇਸ਼ਵਾ ਸ਼ਰੀਫ ਰਾਂ ਕੋਲ ਤ੍ਰਿਜਾ ਵੀ ਲੈਂਦਾ ਸੀ ਪਿਆ ਕਹਿੰਦਾ ਨਿਵਾਜ਼ ਸ਼ੀਫ ਨੂੰ ਜਾ ਕੇ ਕਹਿੰਦਾ ਮੈਨੂੰ ਬਣਾ ਦਿਓ ਆਸਮ ਨੀਰ ਨੂੰ ਨਾ ਬਣਾਓ ਅਗਰ ਤੁਸੀਂ ਮੈਨੂੰ ਨਹੀਂ ਬਣਾਵੋਗੇ ਤਾਂ ਮੈਂ ਮਾਰਸ਼ਲ ਲਾ ਲਿਆ ਉਹ ਤੇ ਮੀਆਂ ਨਿਵਾਜ਼ ਸ਼ੀਫ ਨੇ ਕੋ ਛੱਡੀ ਚ ਪੇੜ ਮੂੰਹ ਤੇ ਉਹਨੇ ਕਹੇ ਲਾਲ ਮਾਰਸ਼ਲਾ ਤੈਨੂੰ ਵੇਖ ਲੈਣਾ ਤੇਰੇ ਮਾਰਸ਼ਲਾ ਨੂੰ ਤੇ ਫਿਰ ਬਿੱਲੀ ਬਣ ਕੇ ਪਿੱਛੇ ਹਟ ਗਿਆ ਤੇ ਫਿਰ ਧਰਨਾ ਲਿਆ ਕੇ ਉੱਥੇ ਵਜ਼ੀਰਾਬਾਦ ਲਿਆ ਕੇ ਬਿਠਾ ਦਿੱਤਾ ਸਣੇ ਉਹਦੇ ਐ ਐ ਫੈਜ਼ੂ ਇਹ ਅਗਰ ਮੀਆਂ ਨਿਵਾਜ਼ ਇਹ ਸਾਰੇ ਇਹ ਜਿਹੜੇ ਸਾਰੇ ਸੀ ਨਾ ਪੀਡੀਐਮ ਵਾਲੇ ਇਹ ਸਾਰੇ ਤੁਲ ਗਏ ਸੀ ਕਿ ਦੇ ਦਈਏ ਇਹਨੂੰ ਉਹ ਤਾਂ ਮੀਆਂ ਅਖਰ ਤੱਕ ਉਹਨੇ ਕਿਹਾ ਨਾ 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 ਬਾਜਵਾ ਨਾ ਇਹ ਅਸਮਨੀਰ ਨਹੀਂ ਲੱਗਣਾ ਤੂੰ ਚੱਲ ਉਹਨੇ ਕਿਹਾ ਨਹੀਂ ਫਿਰ ਮੈਂ ਮਾਰਸ਼ਲ ਲਾ ਲਾ ਦੇ ਨਾ ਮੀਆਂ ਨੇ ਕਿਹਾ ਲਾ ਮਾਰਸ਼ਲ ਆ ਤੂੰ ਐ ਮੀਆਂ ਨਵਾਸ਼ شریف ਅਗਰ ਕਿਸੇ ਨੂੰ ਕੋ ਪੁੱਲੋ ਬੇ ਜਿਹੜੀ ਮੈਂ ਗੱਲ ਦੱਸਣਾ ਪਿਆ ਐ ਜੇ ਮੀਆਂ ਨਵਾਸ਼ شریف ਕੱਲੇ ਬੰਦੇ ਨੇ ਦਾ ਰਸਤਾ ਰੋਕਿਆ ਸੀ ਕੱਲੇ ਬੰਦੇ ਨੇ ਔਰ ਕਿਆ ਸੀ ਲਾ ਤੋ ਮਾਰਸ਼ਲ ਤੇਰੀ ਐਸੀ ਦਿੱਤੀ ਐਸੀ ਵੱਡੇ ਬਾਜਵੇ ਦੀ ਤੂੰ ਮਾਰਸ਼ਲ ਲਾ ਲਾਣਾ ਚਾਹੁੰਦਾ ਪਾਕਿਸਤਾਨ ਚ ਲਾ ਕੇ ਵਾ ਇਹਨੂੰ ਵੇਖ ਲਾਂਗੇ ਤੇਰੇ ਬੜੇ ਬੜੇ ਅਸੀਂ ਪਿਓ ਵੇਖ ਚੁੱਕੇ ਹਾਂ ਤੂੰ ਕੀ ਹੈ ਬਿੱਲੀ ਆਰ ਪਿੱਛੇ ਅੜ ਗਿਆ ਜੀ ਪੀਡੀਐਮ ਤੇ ਸਾਰੀ ਮੰਨ ਗਈ ਸੀ ਕਿ ਇਹਨੂੰ ਦੇਓ ਐਕਸਟੈਂਸ਼ਨ ਉਹ ਤੇ ਮੀਨ ਨੇ ਕਿਹਾ ਨਹੀਂ ਇਹ ਨਹੀਂ ਹੋ ਸਕਦਾ ਇਹ ਗੰਦ ਨਹੀਂ ਰਹਿ ਸਕਦਾ ਇੱਥੇ ਠੀਕ ਹੋ ਗਿਆ ਇਹ ਹੁਣ ਬੜੀ ਅਜੀਬ ਬਕਵਾਸiyat ਕਰ ਰਿਹਾ ਕਹਿੰਦਾ ਜੀ ਮੀਆਂ ਸਾਹਿਬ ਮੇਰੇ ਤੇ تنਕੀਦ ਨਾ ਕਰਨ ਮੈਨੂੰ ਨਾ ਰਗੜੋ ਇਹ ਅਗਰ ਮੇਰੇ ਤੇ تنਕੀਦ ਹੋਏਗੀ ਤੇ ਫੌਜ ਤੇ تنਕੀਦ ਹੋਏਗੀ ਪਰ ਤੂੰ ਸਾਲਾ ਲੱਗਣਾ ਫੌਜ ਦਾ ਤੂੰ ਹੁਣ ਸਿਵਿਲਿਅਨ ਹੈਂ ਤੂੰ ਖਤਮ ਹੋ ਚੁੱਕੇ ਆ ਤੂੰ ਸਾਡੇ ਵਰਗਾ ਅਸੀਂ ਤੇਰੇ ਕੋਲ ਹਿਸਾਬ ਮੰਗਣਾ ਕਿ ਹਾਂ ਵੀ ਕੀ ਹਾਲ ਚਾਲ ਤੇਰੇ ਗੋਸ਼ਵਾਰੇ ਕਿੱਥੇ ਨੇ ਤੇਰੇ ਕੋਲ ਪੈਸੇ ਕਿੰਨੇ ਨੇ ਤੇਰੀ ਪ੍ਰਾਪਰਟੀ ਕਿੰਨੀ ਹੈ ਤੇਰਾ ਅਬਾਓ ਜਿਦਾਦ ਕੀ ਹੈ ਅਸੀਂ ਤੇਰੇ ਕੋਲ ਹਿਸਾਬ ਹਿਸਾਬ ਲੈਣਾ ਔਰ ਜੋ ਤੂੰ ਇਸ ਮੁਲਕ ਨਾਲ ਕੀਤਾ 6 ਸਾਲ ਪਠਾ ਬਿਠਾ ਛੜਿਆ ਤੂੰ ਗੋਗੀਆਂ ਪੀਰਨੀਆਂ ਦੇ ਵਿੱਚ ਠੀਕ ਹੋ ਗਿਆ ਨਾ ਇਹ ਜੀ ਇਹ ਫੌਜ ਤੇ تنਕੀਦ ਕਿਉਂ ਜੀ ਫੌਜ ਤੇ ਕਿਉਂ ਤਨਕੀਦ ਤੇਰੇ ਤੇ تنਕੀਦ ਇਹ ਫੌਜ ਤੇ ਕਾਰੀ ਤਨਕੀਦ ਫੌਜ ਤੋਂ ਮੁਹੱਬਤ ਕਰਦੀ ਹੈ ਨਵਾਜ਼ شریف ਨਾਲ ਤੇ ਤੂੰ ਕੌਣ ਮਤਲਬ ਇਹ ਜੀ ਫੌਜ ਤੇ تنਕੀਦ ਹੈ ਰਾਹ ਜਾਂਦੀ ਮਤਲਬ ਮੈਂ ਮੈਨੂੰ ਨਾ ਫੜਿਆ ਜੇ ਫੌਜ ਨੂੰ ਫੜਨਾ ਤੂੰ ਕੌਣ ਹੈ ਬਾਈ ਤੈਨੂੰ ਨਾ ਫੜੀਏ ਅਜੀਬ ਮਾਮਲਾ ਅੱਗੋ جناب ਇਹ ਕਹਿੰਦਾ ਕਿ ਜਨਰਲ ਆਸਮ ਸਾਹਿਬ ਜਿਹੜੇ ਨੇ ਉਹ ਨਰਾਜ਼ ਹੋ ਜਾਣਗੇ ਜਦੋਂ ਮੇਰੇ ਤੇ تنਕੀਦ ਹੋਏਗੀ ਜਾਂ ਮੈਨੂੰ ਰਗੜਿਆ ਜਾਏਗਾ ਜਾਂ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂ ਨਰਾਜ਼ ਹੋ ਜਾਣਗੇ ਤੂੰ ਆਪਣੀ ਕਬਰੇ ਜਾਣਾ ਉਹਨਾਂ ਆਪਣੀ ਕਬਰੇ ਜਾਣਾ ਹਰ ਬੰਦੇ ਨੇ ਆਪਣਾ ਆਪਣਾ ਹਿਸਾਬ ਦੇਣਾ ਇਹ ਕੋਈ ਮੁਲਕ ਤੋਂ ਉੱਤੇ ਐ ਤੂੰ ਧਰਤੀ ਮਾਂ ਤੋਂ ਵੱਡਾ ਐ ਤੂੰ ਇਹ 26 ਕਰੋੜ ਆਵਾਮ ਤੋਂ ਤੂੰ ਉੱਤੇ ਐ ਪਰ ਤੈਨੂੰ ਨਹੀਂ ਫੜਿਆ ਜਾ ਸਕਦਾ ਮਤਲਬ ਕਿਉਂ ਨਹੀਂ ਫੜਿਆ ਜਾ ਸਕਦਾ ਜੀ ਕੀ ਹੈ ਅਗਰ ਤੇਰੇ 'ਚ ਕੋਈ ਖਰਾਬੀ ਹੈ ਤਾਂ ਫੜੀ ਜਾਣੀ ਚਾਹੀਦੀ ਅਗਰ ਨਹੀਂ ਤੇ ਸਵਾ ਬਿਸਮిల్లా ਸਲੂਟ ਇਹ ਇੱਕ ਹੀ ਗੱਲ ਹੈ ਕਿ ਜੀ ਆਸਮ ਮਨੀਰ ਸਾਹਿਬ ਨਾਰਾਜ਼ ਹੋ ਜਾਣਗੇ ਔਰ ਅਗੂ ਕਹਿੰਦਾ ਕਿ ਅਗਰ ਮੈਨੂੰ ਤੰਗ ਕੀਤਾ ਗਿਆ ਤੇ ਫੌਜ ਦੇ ਵਿੱਚ ਕੁਝ ਜਰਨੈਲ ਨੇ ਉਹ ਪ੍ਰੋ ਇਮਰਾਨ ਨੇ ਤੇ ਉਹ ਆਸਮ ਨੀਰ ਨਾਲ ਰਲ ਜਾਣਗੇ ਤੇ ਨਿਵਾਜ਼ੀ ਵਾਸਤੇ ਹੱਛਾ ਨਹੀਂ ਹੋਏਗਾ। ਮਤਲਬ ਕੈਸੀ ਕੈਸੀ ਬਕਵਾਸ ਯਾਤ ਇਹ ਬੰਦਾ ਕਰ ਰਿਹਾ ਹੈ। ਕਹਿ ਰਿਹਾ ਕਿ ਫੌਜ ਦੇ ਵਿੱਚ ਗਰੁੱਪ ਨੇ। ਆਰਮੀ ਚੀਫ ਸਾਹਿਬ ਜਰਾ ਨੋਟਿਸ ਲਿਆ ਜੇ ਬਾਜਵੇ ਦਾ। ਇਹ ਕਹਿ ਰਿਹਾ ਕਿ ਯਾਰ ਫੌਜ ਦੇ ਵਿੱਚ ਜਿਹੜਾ ਨਾ ਉਹ ਗਰੁੱਪ ਨੇ ਇੱਕ ਪ੍ਰੋ ਨਿਵਾਜ਼ ਗਰੁੱਪ ਤੇ ਇੱਕ ਪ੍ਰੋ ਇਮਰਾਨ ਗਰੁੱਪ ਹੁਣ ਬੰਦਾ ਤੁਸੀਂ ਅੰਦਾਜ਼ਾ ਲਾ ਲਓ ਬੈ ਕੈਸੀ ਕੈਸੀ ਖਰਾਫਾਤ ਔਰ ਬਕਵਾਸੀਅਤ ਇਹ ਬੰਦਾ 6 ਸਾਲ ਜਿਹਨੇ ਹਕਮਰਾਨੀ ਕੀਤੀ ਏ ਇਹ ਆਪਣੀ ਕਰਪਸ਼ਨ ਬਚਾਉਣ ਵਾਸਤੇ ਮੁਬਈਨਾ ਕੀਤੀ ਏ ਨਹੀਂ ਕੀਤੀ ਸਾਨੂੰ ਇਸ ਗੱਲ ਦਾ ਨਹੀਂ ਪਤਾ ਔਰ ਜੋ ਉਹਨੇ ਖਿਲਵਾੜ ਕੀਤੇ ਨੇ ਪਾਕਿਸਤਾਨ ਦੇ ਨਾਲ ਜੋ ਫੈਸਲੇ ਕੀਤੇ ਨੇ ਅੱਜ ਵੇਖ ਨੂੰ ਦਸ਼ਤਗਰਦੀ ਹਰ ਪਾਸੇ ਇਹ ਅਫਗਾਨੀਆ ਵਾਲਾ ਮਾਮਲਾ ਵੇਖ ਲਓ ਮਤਲਬ ਤੁਸੀਂ ਸਾਰਾ ਸਾਫਤਾ ਵੇਖ ਲਓ ਨਾ ਇੱਕ ਕੋਈ ਇੱਕ ਸ਼ੈ ਵੀ ਸਿੱਧੀ ਕੀਤੀ ਹੋਵੇ ਇਸ ਬੰਦੇ ਨੇ ਇਹ ਆਸਮ ਨਹੀਂ ਰਾਏ ਆ ਵੇਖ ਡਾਲਰ ਵਾਲੇ ਮਾਫੀਆ ਫਲਾਣੀ ਮਾਫੀਆ ਆਟਾ ਮਾਫੀਆ ਸੋਨਾ ਮਾਫੀਆ ਬਿਜਲੀ ਚੋਰ ਕੀ ਤੇ ਫਲਾਣਾ ਉਸ ਬੰਦੇ ਨੇ ਅਲਮ ਬਲੰਦ ਕੀਤਾ ਆਪਣੀ ਧਰਤੀ ਦਾ ਅੱਜ ਹਰ ਬੰਦਾ ਤਾਰੀਫ ਕਰ ਰਿਹਾ ਤੇ ਤੂੰ ਕੀ ਕੀਤਾ ਖਾਈ ਜਾਓ ਖਾਈ ਜਾ ਹੈ ਖਾਈ ਜਾ ਤੇ ਗੋਗੀਆਂ ਤੇ ਪੀਰਨੀਆਂ ਦੇ ਨਾਲ ਜਿਹੜਾ ਨਾ ਫੋਟੋਆਂ ਖਚਾਈ ਜਾ ਇਹ ਜਨਾਬ ਇਸ ਤਰ੍ਹਾਂ ਦੇ ਇਹ ਅਜੀਬੋ ਗਰੀਬ ਕਿਸਮ ਦਾ ਇਹ ਹਰਕਤਾਂ ਕਰਦਾ ਹੈ ਤੇ ਮੈਂ ਸਿਰਫ ਇੰਨਾ ਹੀ ਕਹਾਂਗਾ ਬਾਜਵਾ ਸਭ ਤੁਸੀਂ ਹੁਣ ਰਿਟਾਇਰ ਹੋ ਚੁੱਕੇ ਹੋ ਤੁਸੀਂ ਵੀ ਸਿਵਲ ਆਦਮੀ ਹੋ ਤੇ ਅਸੀਂ ਵੀ ਸਿਵਲ ਆਦਮੀ ਹਾਂ ਅਸੀਂ ਹਰ ਸਵਾਲ ਤੁਹਾਡੇ ਕੋਲ ਕਰਨਾ ਹੈ ਤੁਸੀਂ ਕੋਈ ਉੱਤੋਂ ਨਹੀਂ ਡਿੱਗੇ ਠੀਕ ਹੋ ਗਿਆ ਨਾ ਤੇ ਇਸ ਵਾਸਤੇ ਮੀਆਂ ਨਵਾਸ਼ ਸ਼ਰੀਫ ਦੇ ਬਾਰੇ ਵੈਸੇ ਵੀ ਬਾਜਾ ਸਭ ਤੁਹਾਨੂੰ ਗੱਲ ਕਰਨ ਦਾ ਕੋਈ ਤਕ ਨਹੀਂ ਮੰਨਦਾ ਉਹਨੇ ਤੇ ਤੈਨੂੰ ਲਾਇਆ ਸੀ ਔਰ ਫਿਰ ਤੂੰ ਉਹਨੂੰ ਹੀ ਲੜ ਗਿਆ ਹੈ ਅੱਛਾ ਜੀ ਅਗਲੀ ਖਬਰ ਤੇ ਆਜੋ ਅਰਸ਼ਦ ਸ਼ਰੀਫ ਦੇ ਕਾਤਲ ਬੇਨ ਕਾ ਵੱਡੀ ਰਿਪੋਰਟ ਆ ਗਈ ਅਰਸ਼ਦ ਸ਼ਰੀਫ ਸਾਹਿਬ ਜਿਹੜੇ ਨੇ ਇਹਦੇ ਵਿੱਚ ਹੁਣ ਪੀਰਨੀ ਦੇ ਹੱਥ ਜੇ ਪੀਰਨੀ ਜਿਹੜੀ ਉਹਨੇ ਇੱਕ ਦਿਨ ਇਖਲਾਫ ਕੀਤਾ ਕਿਸੇ ਜਗ੍ਹਾ ਤੇ ਜਿਹੜੀ ਗੱਲ ਪੀਰਨੀ ਮੁਸ਼ਕਲ ਐ 체 ਗ੍ਰਿਫਤਾਰੀ ਦੀਵਾਰ ਤੇ ਲਿਖੀਏ ਉਹ ਕੁਛ ਨਾ ਕੁਛ ਤੇ ਉਸ ਦੇਣਾ ਹੈ ਨਾ ਬੜਾ ਕੁਛ ਦੇਣਾ ਸੋਜੇ ਹੁਣ ਰਿਪੋਰਟ ਤੇ ਚਲੋ ਮਹੀਨਾ ਡੇਢ ਪਹਿਲੇ ਆ ਗਈ ਕਿ ਇਹਦੇ ਵਿੱਚ ਮਲਬਸ ਹੈ ਕਾਲੀ ਚਰਨ ਏਅਰ ਵਾਇ ਦਾ ਮਾਲਕ ਮੁਰਾਦ ਸੈਦ ਔਰ ਇਮਰਾਨ ਖਾਨ ਔਰ ਫੈਜ਼ ਅਮੀਦ ਇਹ ਚਾਰ ਬੰਦੇ ਇਹਦੇ ਚ ਇਹਦੇ ਕਤਲ ਦੇ ਵਿੱਚ ਮਲਬਸ ਨੇ ਮੁਰਾਦ ਸੈਦ ਜਿਹੜਾ ਉਹ ਜਿਸ ਦਿਨ ਬਾਜ਼ੀਆਬ ਹੋ ਗਿਆ ਜਿਹੜਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਐ 1 ਅਕਤੂਬਰ ਚ ਬਾਜ਼ੀਆਬ ਹੋਣ ਦਾ ਚਾਂਸ ਹੈ ਨੋਦੇ ਜਿਸ ਦਿਨ ਬਾਜ਼ੀਆਬ ਹੋ ਗਿਆ ਉਹ ਉਹ ਉਹਨੇ ਟੰਗਿਆ ਜਾਣਾ ਇਸ ਕੇਸ ਦੇ ਵਿੱਚ ਕਿਉਂਕਿ ਉਹ ਪ੍ਰਾਈਮ ਗਵਾਇ ਇਹਦੇ ਵਿੱਚ ਉਹਦੇ ਕੋਲ ਸਾਰਾ ਰਿਕਾਰਡ ਅਸ਼ਰਫ ਸ਼ਰੀਫ ਤੇ ਇਹ ਸਾਰੇ ਸਾਖ ਤਾਬ ਦਾ ਔਰ ਉਹ ਸਹੂਲਤਕਾਰ ਸੀ ਉਹਨੂੰ ਉਤਾਂ ਚਾੜਨੇ ਚ ਠੀਕ ਹੋ ਗਿਆ ਨਾ ਇਹ ਹੁਣ ਕਿਧਰੇ ਨਾ ਕਿਧਰੇ ਪਤਾ ਨਹੀਂ ਕੋ ਕਹਿ ਰਿਹਾ ਸੀ ਕਿ ਪੀਰ ਨਹੀਂ ਕਹਿੰਦੀ ਐ ਕੋਈ ਕੋਈ ਕਹਿ ਰਿਹਾ ਸੀ ਪੀਰ ਨਹੀਂ ਕਹਿੰਦੀ ਐ ਕਿ ਨਿਆਜ਼ੀ ਕਾਲੀ ਚਰਨ ਓਅਰਵਾਇਡਾ ਮਾਲਕ ਮੁਰਾਦ ਸੈਦ ਤੇ ਫੈਜ਼ ਉਮੀਦ ਇਹ ਮਲਵਸ ਏ ਹੁਣ ਪਹਿਲੇ ਇਹਦਾ ਵੀ ਨਾਮ ਵਿੱਚ ਸੀ ਇਹ ਵੀ ਮਲਵਸ ਏ ਆਂਦੀ ਮੈਨੂੰ ਕਢੋ ਨਾ ਤੇ ਇਹ ਚਾਰੇ ਮਲਵਸ ਏ ਤੇ ਇੰਨੀ ਕੁ ਮੇਰੇ ਕੋਲ ਇਨਫਾਰਮੇਸ਼ਨ ਏ ਮੇਰੇ ਕੋਲ ਵੀ ਲੈ ਲਓ ਬਈ ਇਹ ਅਦਾਰਿਆਂ ਨੇ ਅੱਗੇ ਰਿਪੋਰਟ ਕਰ ਦਿੱਤਾ ਕਿਧਰੇ ਨਾ ਕਿਧਰੇ ਬਈ ਇਹ ਇਹ ਬੰਦੇ ਜਿਹੜੇ ਨੇ ਇਹ ਇਹਦਾ ਖੁਰਾ ਉਹ ਅਸੀਂ ਉਸੇ ਦਿਨ ਕਹਿ ਦਿੱਤਾ ਸੀ ਬਈ ਇਹਦਾ ਖੁਰਾ ਬਣੀ ਗੱਲਾਂ ਜਾਣਾ ਤੇ ਕਾਲੀ ਚਰਨ ਨਾਲ ਜਾਣਾ ਏਅਰਵਾਇਡਾ ਮਾਲਕ ਨਾਲ ਤੇ ਪੀਰ ਨਹੀਂ ਹੋਣ ਕਹਿ ਰਹੀ ਉਹਨੋਂ ਕਹਿੰਦੀ ਇਹ ਮੈਨੂੰ ਵਿੱਚੋਂ ਕੱਢੋ ਨਾ ਇਸ ਕੇਸ ਵਿੱਚੋਂ ਕਿਉਂਕਿ ਮੁਰਾਦ ਸੈਦ ਜਿਸ ਦਿਨ ਫੜਿਆ ਗਿਆ ਉਸ ਤੋਂ ਪਹਿਲਾ ਕੇਸ ਹੀ ਇਹ ਪੜਨਾ ਹੈ ਬਾਕੀ ਚਲੋ 9 ਮਈ ਤੇ ਬਾਅਦ ਚੋਂ ਪੜਨਾ ਨਾ ਪਹਿਲਾ ਕੇਸ ਯਾਰ ਸਿਰਸਰੀਫ ਦੇ ਕਤਲ ਦਾ ਪੜਨਾ ਤੇ ਇਹ ਹੁਣ ਪੀਰ ਨਹੀਂ ਕਹਿੰਦੀ ਕਿ ਇਹ ਚਾਰਜ ਇਹਨਾਂ ਨੇ ਉਤਾ ਚੜ੍ਹਿਆ ਜੇ ਤੇ ਜਿੱਥੇ ਮਰਜ਼ੀ ਮੇਰੇ ਕੋਲ ਲਹਾ ਲੋ ਬਿਆਨ ਵੀ ਲੈ ਲੋ ਤੇ ਲੇਕਿਨ ਮੈਨੂੰ ਇਸ ਕੇਸ ਵਿੱਚੋਂ ਕੱਢ ਦਿਓ ਬਹੁਤ ਸ਼ੁਕਰੀਆ